ਆਮ ਆਦਮੀ ਪਾਰਟੀ ਦੇ ਵੱਲੋਂ ਨਵੇਂ ਪੰਜ ਕੈਬਨਟ ਮੰਤਰੀ ਬਣਾਏ ਗਏ ਨੇ ਤੇ ਹੁਣ ਉਹਨਾਂ ਨੂੰ ਵਿਭਾਗ ਸੌਂਪ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਸਿਹਤ ਵਿਭਾਗ ਜਿਹੜਾ ਹੈ ਚੇਤਨ ਸਿੰਘ ਜੋੜਾ ਮਾਜਰਾ ਨੂੰ ਦਿੱਤਾ ਗਿਆ ਹੈ ਜਦਕਿ ਲੋਕਲ ਬਾਡੀ ਡਿਪਾਰਟਮੈਂਟ ਜਿਹੜਾ ਹੈ ਉਹ ਦਿੱਤਾ ਗਿਆ ਹੈ ਡਾਕਟਰ ਇੰਦਰबीर ਸਿੰਘ ਨਿੱਜਰ ਨੂੰ ਤੇ ਅਮਨ ਅਰੋੜਾ ਨੂੰ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਦੇ ਨਾਲ ਨਾਲ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਦਿੱਤੇ ਗਏ ਨੇ ਅਨਮੋਲ ਗਗਨ ਮਾਨ ਦੀ ਗੱਲ ਕੀਤੀ ਜਾਵੇ ਤਾਂ ਟੂਰਿਜ਼ਮ ਐਂਡ ਕਲਚਰ ਅਫੇਅਰ ਦੇ ਨਾਲ ਨਾਲ ਇਨਵੈਸਟਮੈਂਟ ਪ੍ਰੋਮੋਸ਼ਨ ਲੇਬਰ ਐਂਡ ਰਿਮੂਵਲ ਆਫ ਗ੍ਰੀਵੈਂਸਸ ਜਿਹੜਾ ਇਹ ਡਿਪਾਰਟਮੈਂਟ ਉਹਨਾਂ ਨੂੰ ਸੌਂਪਿਆ ਗਿਆ ਪਰ ਵੱਡੇ ਵਿਭਾਗਾਂ ਦੀ ਗੱਲ ਕੀਤੀ ਜਾਵੇ ਤਾਂ ਲੋਕਲ ਬਾਡੀ ਮੰਤ్రਾਲਾ ਜਿਹੜਾ ਹੈ ਉਹ ਇੰਦਰਬੀਰ ਸਿੰਘ ਨਿੱਜਰ ਅੰਮ੍ਰਿਤਸਰ ਦੱਕਣੀ ਤੋਂ ਵਿਧਾਇਕ ਮੰਤਰੀ ਬਣੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੂੰ ਸੌਂਪਿਆ ਗਿਆ ਹਾਲਾਂਕਿ ਚਰਚਾ ਇਹ ਸੀ ਕਿ ਸ਼ਾਇਦ ਲੋਕਲ ਬਾਡੀ ਮੰਨਿਸਟਰ ਜਿਹੜਾ ਤਾਕਤਵਰ ਮਨਿਸਟਰ ਮੰਨਿਆ ਜਾਂਦਾ ਹੈ ਵੱਡਾ ਵਿਭਾਗ ਮੰਨਿਆ ਜਾਂਦਾ ਅਮਨ अरोड़ा ਨੂੰ ਦਿੱਤਾ ਜਾਵੇਗਾ ਪਰ ਅਜੇ ਹਾ ਨਹੀਂ ਹੋਇਆ ਜਿਹੜਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈਗਾ ਉਹ ਅਮਨ अरोड़ा ਨੂੰ ਦਿੱਤਾ ਗਿਆ ਨਿਊ ਐਂਡ ਰੀਨਿਊਅਲ એનર્ਜੀ ਰਿਸੋਰਸਸ ਦਿੱਤਾ ਗਿਆ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਜ਼ਰੂਰ ਦਿੱਤਾ ਗਿਆ ਇਸ ਤੋਂ ਬਿਨਾ ਇੰਦਰਬੀਰ ਸਿੰਘ ਨਿੱਜਰ ਨੂੰ ਲੋਕਲ ਗਵਰਨਮੈਂਟ ਪਾਰਲੀਮੈਂਟ ਅਫੇਅਰਜ਼ ਕਨਜ਼ਰਵੇਸ਼ਨ ਆਫ ਲੈਂਡ ਐਂਡ ਵਾਟਰ ਐਡਮਿਨਿਸਟ੍ਰੇਟਿਵ ਰਿਫਾਰਮਸ ਵੀ ਇੰਦਰਬੀਰ ਸਿੰਘ ਨਿੱਜਰ ਨੂੰ ਸੌਂਪੇ ਗਏ ਨੇ ਇਸ ਤੋਂ ਬਿਨਾ ਫੌਜਾ ਸਿੰਘ ਨੂੰ ਫ੍ਰੀडम ਫਾਈਟਰਸ ਡਿਪਾਰਟਮੈਂਟ ਡਿਫੈਂਸ ਸਰਵਿਸਿਜ਼ ਵੈਲਫੇਅਰ ਫੂਡ ਪ੍ਰੋਸੈਸਿੰਗ ਤੇ ਹਾਰਟੀਕਲਚਰ ਡਿਪਾਰਟਮੈਂਟ ਫੌਜਾ ਸਿੰਘ ਨੂੰ ਦਿੱਤੇ ਗਏ ਨੇ ਫੌਜਾ ਸਿੰਘ ਸਰਾਰੀ ਚੇਤਨ ਸਿੰਘ ਜੋੜਾ ਮਾਜਰਾ ਨੂੰ ਸਿਹਤ ਵਿਭਾਗ ਦਿੱਤਾ ਗਿਆ ਇਹ ਵੀ ਇੰਪੋਰਟੈਂਟ ਡਿਪਾਰਟਮੈਂਟ ਹੈ ਦੱਸਦੀ ਹੈ ਕਿ ਵਿਜੇ ਸਿੰਘਲਾ ਦੀ ਬਰਖਾਸਤਗੀ ਤੋਂ ਬਾਅਦ ਇਹ ਵਿਭਾਗ ਖਾਲੀ ਹੋ ਗਿਆ ਸੀ ਤੇ ਹੁਣ ਚੇਤਨ ਸਿੰਘ ਜੋੜਾ ਮਾਜਰਾ ਨੂੰ ਹੈਲਥ ਐਂਡ ਫੈਮਿਲੀ ਵੈਲਫੇਅਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਤੇ ਇਲੈਕਸ਼ਨਸ ਡਿਪਾਰਟਮੈਂਟ ਜਿਹੜਾ ਦਿੱਤਾ ਗਿਆ ਅਨਮੋਲ ਗਗਨਮਾਨ ਅਨਮੋਲ ਗਗਨਮਾਨ ਨੂੰ ਦੱਸਦੀ ਹੈ ਕਿ ਟੂਰਿਜ਼ਮ ਐਂਡ ਕਲਚਰ ਅਫੇਅਰ ਜਿਹੜਾ ਸਭਿਆਚਾਰਕ ਵਿਭਾਗ ਹੈਗਾ ਇਹ ਟੂਰਿਜ਼ਮ ਐਂਡ ਕਲਚਰ ਅਫੇਅਰਸ ਹੈ ਇਨਵੈਸਟਮੈਂਟ ਪ੍ਰੋਮੋਸ਼ਨ ਐ ਲੇਬਰ ਐ ਤੇ ਰਿਮੂਵਲ ਆਫ ਗ੍ਰੀਵੈਂਸਸ ਇਹ ਡਿਪਾਰਟਮੈਂਟ ਸੌਂਪੇ ਗਏ ਨੇ ਤਾਂ 5 ਨਵੇਂ ਮੰਤਰੀ ਬਣਾਏ ਗਏ ਨੇ ਉਹਨਾਂ ਦੇ ਵਿੱਚ ਅਮਨ अरोड़ा ਨੂੰ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਨਿਊ ਐਂਡ ਰੀਨਿਊਅਲ એનર્ਜੀ ਰਿਸੋਰਸਸ ਹੌਸਿੰਗ ਐਂਡ ਅਰਬਨ ਡਿਵੈਲਪਮੈਂਟ ਅਮਨ ਅਰੋੜਾ ਨੂੰ ਇੰਦਰਬੀਰ ਸਿੰਘ ਨੇਜਰ ਨੂੰ ਲੋਕਲ ਬਾਡੀ ਡਿਪਾਰਟਮੈਂਟ ਪਾਰਲੀਮੈਂਟਰੀ ਅਫੇਅਰਸ ਕਨਜ਼ਰਵੇਸ਼ਨ ਆਫ ਲੈਂਡ ਐਂਡ ਵਾਟਰ ਐਡਮਿਨਿਸਟ੍ਰੇਟਿਵ ਰਿਫਾਰਮਸ ਇਸ ਤੋਂ ਬਿਨਾ ਫੌਜਾ ਸਿੰਘ ਨੂੰ ਫਰੀडम फाइਟਰਸ ਡਿਫੈਂਸ ਸਰਵਿਸਿਜ਼ ਵੈਲਫੇਅਰ ਫੂਡ ਪ੍ਰੋਸੈਸਿੰਗ ਤੇ ਹਾਰਟੀਕਲਚਰ ਚੇਤਨ ਸਿੰਘ ਜੋੜਾਵਾਜਰਾਂ ਨੂੰ ਹੈਲਥ ਐਂਡ ਫੈਮਿਲੀ ਵੈਲਫੇਅਰ ਸਿਹਤ ਵਿਭਾਗ ਦਿੱਤਾ ਗਿਆ ਹੈ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦਿੱਤੀ ਗਈ ਹੈ ਇਲੈਕਸ਼ਨਜ਼ ਡਿਪਾਰਟਮੈਂਟ ਵੀ ਸੌਂਪਿਆ ਗਿਆ ਅਨਮੋਲ ਗਗਨਮਾਨ ਨੂੰ ਟੂਰਿਜ਼ਮ ਐਂਡ ਕਲਚਰ ਅਫੇਅਰਸ ਇਨਵੈਸਟਮੈਂਟ ਪ੍ਰੋਮੋਸ਼ਨ ਲੇਬਰ ਰਿਮੂਵਲ ਆਫ ਗ੍ਰੀਵੈਂਸਸ ਤਾਂ ਸਭ ਤੋਂ ਜਿਹੜਾ ਇੰਪੋਰਟੈਂਟ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਉਹ ਇੰਦਰਬੀਰ ਸਿੰਘ ਨਿੱਜਰ ਨੂੰ ਦਿੱਤਾ ਗਿਆ ਹੈ ਦੂਜੇ ਨੰਬਰ ਤੇ ਚੇਤਨ ਸਿੰਘ ਜੋੜ ਮਾਜਰਾ ਨੂੰ ਸਿਹਤ ਵਿਭਾਗ ਦਿੱਤਾ ਗਿਆ ਜਦਕਿ ਅਮਨ अरोड़ा ਨੂੰ ਪਬਲਿਕ ਰਿਲੇਸ਼ਨ ਆਫਿਸ ਜਿਹੜਾ ਡਿਪਾਰਟਮੈਂਟ ਹੈ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨਸ ਨਿਊਰਨ ਰੀਨਿਊਅਲ એનર્ਜੀ ਰਿਸੋਰਸਸ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਜਿਹੜੇ ਪਹਿਲੇ ਵਿਭਾਗ ਨੇ ਉਹਨਾਂ ਦੇ ਵਿੱਚ ਹਰਪਾਲ ਸਿੰਘ ਚੀਮਾ ਪਹਿਲਾਂ ਹੀ ਤੁਹਾਨੂੰ ਪਤਾ ਕਿ ਵਿੱਤ ਮੰਤਰੀ ਨੇ ਬਲਜੀਤ ਕੌਰ ਜੀ ਡਾਕਟਰ ਬਲਜੀਤ ਕੌਰ ਨੇ ਉਹਨਾਂ ਕੋਲੇ ਸੋਸ਼ਲ ਜਸਟਿਸ ਏਮਪਾਵਰਮੈਂਟ ਐਂਡ ਮਿਨੋਰਟੀਜ਼ ਸੋਸ਼ਲ ਸਿਕਿਉਰਿਟੀ ਔਮਨ ਐਂਡ ਚਾਈਲਡ ਡਿਪਾਰਟਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਹੈਗਾ ਇਹ ਹਰਪਜਨ ਸਿੰਘ ਕੋਲੇ ਪੀ ਡਬਲਯੂ ਡੀ ਯਾਨੀ ਕਿ ਪਬਲਿਕ ਵਰਕਸ ਤੇ ਪਾਵਰ ਹੈਗਾ ਯਾਨੀ ਕਿ ਬਿਜਲੀ ਵਿਭਾਗ ਹੈ ਲਾਲਚੰਦ ਕੋਲੇ ਫੂਡ सिविल सप्लाइज एंड कंज्यूमर अफेयर्स जंगलात विभाग भी ओना कोल है मीत हेयर जड़े ने ओ एजुकेशन मिनिस्टर ने स्पोर्ट्स एंड यूथ सर्विसेज डिपार्टमेंट भी ओना दे कोल है इस तो बिना कुलदीप सिंह ਢਾਲੀਵਾਲ ਕੋਲ ਰੂਰਲ ਡਿਵੈਲਪਮੈਂਟ ਜਿਹੜਾ ਪੰਚਾਇਤ ਵਿਭਾਗ ਹੈਗਾ ਏ ਐਗਰੀਕਲਚਰ ਵੀ ओना ਕੋਲੇ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ ਐਨ ਆਰ ਆਈ ਫੇਅਰਸ ਇਸ ਤੋਂ ਬਿਨਾ ਲਾਲਜੀਤ ਭੁੱਲਰ ਕੋਲੇ ਟਰਾਂਸਪੋਰਟ ਮਹਿਕਮਾ ਐ ਐਨੀਮਲ ਹਸਬੈਂਡਰੀ ਫਿਸ਼ਰੀਜ਼ ਐਂਡ ਡੇਰੀ ਡਿਵੈਲਪਮੈਂਟ ਵੀ ਹੈ ਬ੍ਰਹਮਸ਼ੰਕਰ ਕੋਲੇ ਮਾਲ ਵਿਭਾਗ ਹੈ ਅਤੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵੀ ਹਰਜੋਤ ਸਿੰਘ ਬੈਂਸ ਕੋਲੇ ਵਾਟਰ ਰਿਸੋਰਸਸ ਮਾਈਨਸ ਐਂਡ ਜੀਓਲੋਜੀ ਜੇਲ ਡਿਪਾਰਟਮੈਂਟ ਅਤੇ ਸਕੂਲ ਐਜੂਕੇਸ਼ਨ ਭਾਵ ਕਿ ਜੇਲ ਮੰਤਰੀ ਵਿਨੇ ਹਰਜੋਤ ਸਿੰਘ ਬੈਂਸ ਤੇ ਉਹਨਾਂ ਕੋਲੇ ਮਾਈਨਿੰਗ ਦਾ ਡਿਪਾਰਟਮੈਂਟ ਵੀ ਹੈ ਅਮਨ ਅਰੋੜਾ ਕੋਲੇ ਹੁਣ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਜਾਨੀ ਕਿ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨਸ ਨਿਊ ਐਂਡ ਰੀਨਿਊਅਲ એનર્ਜੀ ਰਿਸੋਰਸਸ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਤੇ ਇੰਦਰਬੀਰ ਸਿੰਘ ਨੇਜਰ ਡਾਕਟਰ ਇੰਦਰਬੀਰ ਸਿੰਘ ਨੇਜਰ ਜਿਹੜੇ ਨੇ ਉਹ ਲੋਕਲ ਬਾਡੀ ਮਿਨਿਸਟਰ ਬਣੇ ਨੇ ਲੋਕਲ ਗ ਇਹ ਡਿਪਾਰਟਮੈਂਟ ਦੱਸਦੀ ਹੈ ਕਿ ਕਾਂਗਰਸ ਸਰਕਾਰ ਵੇਲੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਗਿਆ ਸੀ ਤੇ ਬਾਅਦ ਦੇ ਵਿੱਚ ਇਹ ਜਿਹੜਾ ਡਿਪਾਰਟਮੈਂਟ ਹੈ ਬ੍ਰह्म ਮਹਿੰਦਰਾ ਨੂੰ ਵੀ ਦਿੱਤਾ ਗਿਆ ਸੀ ਤੇ ਹੁਣ ਇਹ ਡਿਪਾਰਟਮੈਂਟ ਇੰਦਰਬੀਰ ਸਿੰਘ ਨੇਜਰ ਕੋਲੇ ਆ ਲੋਕਲ ਗਵਰਨਮੈਂਟ ਪਾਰਲੀਮੈਂਟਰੀ ਅਫੇਅਰਜ਼ ਵੀ ਕਨਜ਼ਰਵੇਸ਼ਨ ਆਫ ਲੈਂਡ ਐਂਡ ਵਾਟਰ ਤੇ ਐਡਮਿਨਿਸਟ੍ਰੇਟਿਵ ਰਿਫਾਰਮਸ ਜਿਹੜੇ ਨੇ ਤੇ ਫੌਜਾ ਸਿੰਘ ਕੋਲੇ ਫਰੀडम फाइਟਰਸ ਡਿਫੈਂਸ ਸਰਵਿਸਿਜ਼ ਵੈਲਫੇਅਰ ਫੂਡ ਪ੍ਰੋਸੈਸਿੰਗ ਤੇ ਹਾਰਟੀਕਲਚਰ ਚੇਤਨ ਸਿੰਘ ਜੋੜਾ ਮਾਜਰਾ ਨੂੰ ਸਿਹਤ ਵਿਭਾਗ ਦਿੱਤਾ ਗਿਆ ਹੈ ਹੈਲਥ ਐਂਡ ਫੈਮਿਲੀ ਵੈਲਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਤੇ ਇਲੈਕਸ਼ਨਸ ਅਨਮੋਲ ਗਗਨਮਾਨ ਕੋਲੇ ਸੈਰਸਪਟਾ ਵਿਭਾਗ ਐ ਸੱਭਿਆਚਾਰਕ ਮਾਮਲੇ ਨੇ ਜਾਨੀ ਕਿ ਟੂਰਿਜ਼ਮ ਐਂਡ ਕਲਚਰਲ ਅਫੇਅਰਸ ਤੇ ਇਨਵੈਸਟਮੈਂਟ ਪ੍ਰੋਮੋਸ਼ਨ ਐ ਲੇਬਰ ਡਿਪਾਰਟਮੈਂਟ ਐ ਤੇ ਰਿਮੂਵਲ ਆਫ ਅ ਗ੍ਰੀਵੈਂਸਸ ਵੀ ਉਹਨਾਂ ਕੋਲੇ ਆ ਦੱਸਦੀ ਕਿ ਭਗਵੰਤ ਮਾਨ ਹੋਰਾਂ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਐ ਉਹਨਾਂ ਕਿਹਾ ਕਿ ਮੰਤਰੀ ਮੰਡਲ ਵਿਸਤਾਰ ਤੋਂ ਬਾਅਦ ਨਵੇਂ ਅਤੇ ਪੁਰਾਣੇ ਸਾਥੀਆਂ ਨੂੰ ਵਿਭਾਗਾਂ ਦੀ ਵੰਡ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮੈਨੂੰ ਪੂਰਨ ਆਸ ਹੈ ਕਿ ਟੀਮ ਪੂਰੀ ਇਮਾਨਦਾਰੀ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗੀ ਅਤੇ ਰੰਗਲਾ ਪੰਜਾਬ ਬਣਾਉਣ ਚ अहम ਭੂਮਿਕਾ ਨਿਭਾਵੇਗੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਇਹ ਲਿਖਿਆ ਹੈ ਭਗਵੰਤ ਮਾਨ ਹੋਰਾਂ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਟਵੀਟ ਉਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਡਿਪਾਰਟਮੈਂਟਸ ਦੀ ਅਲਾਟਮੈਂਟ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਵਿਭਾਗ ਜਿਹੜੇ ਨੇ ਉਹ ਵੰਡ ਦਿੱਤੇ ਗਏ ਨੇ ਵੱਡੀ ਖਬਰ ਹੈ ਕਿਉਂਕਿ ਸਵੇਰ ਤੋਂ ਹੀ ਇਸ ਤਰ੍ਹਾਂ ਦੇ ਕਿਆਸਰਾਂ ਜਾਂ ਲਾਈਆਂ ਜਾ ਰਹੀਆਂ ਸੀ ਕਿ ਕਿਹੜੇ ਮંત્રી ਨੂੰ ਕਿਹੜਾ ਵਿਭਾਗ ਜਿਹੜਾ ਹੈ ਉਹ ਦਿੱਤਾ ਜਾਣਾ ਕਿਉਂਕਿ ਇਹ ਬਹੁਤ ਇੰਪੋਰਟੈਂਟ ਹੁੰਦਾ ਹੈ ਕਿ ਕਿਹੜਾ ਮੰਤਰੀ ਨੂੰ ਕਿਹੜਾ ਵਿਭਾਗ ਦਿੱਤਾ ਜਾਣਾ ਕਿਉਂਕਿ ਵਿਭਾਗ ਜਿਹੜੇ ਨੇ ਉਹਨਾਂ ਦੀ ਵੀ ਆਪੋ ਆਪਣੀ ਇੰਪੋਰਟੈਂਸ ਹੁੰਦੀ ਹੈ ਤਾਂ ਦੱਸ ਦਈਏ ਕਿ ਜਿਸ ਢੰਗ ਦੇ ਨਾਲ ਇਹ ਜਿਹੜੇ ਡਿਪਾਰਟਮੈਂਟਸ ਨੇ ਉਹ ਹੁਣ ਅਲਾਟ ਕਰ ਦਿੱਤੇ ਗਏ ਨੇ ਮਹਿਕਮਿਆਂ ਦੀ ਵੰਡ ਕਰ ਦਿੱਤੀ ਗਈ ਹੈ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ ਇਸ ਦੇ ਵਿੱਚ ਸਾਰਿਆਂ ਨਾਲੋਂ ਜੇਕਰ ਗੱਲ ਕੀਤੀ ਜਾਵੇ ਤਾਂ ਸਿਹਤ ਵਿਭਾਗ ਤੇ ਜਿਹੜਾ ਲੋਕਲ ਬਾਡੀ ਮਨਿਸਟਰ ਹੈਗੇ ਨੇ ਉਹ ਕਾਫੀ ਇੰਪੋਰਟੈਂਟ ਮੰਨੇ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਜਿਹੜਾ ਏ ਉਹ ਹੁਣ ਜੋੜਾ ਮਾਜਰਾ ਅਤੇ ਇੰਦਰਬੀਰ ਸਿੰਘ ਨਿੱਜਰ ਜਿਹੜੇ ਨੇ ਉਹਨਾਂ ਦੇ ਵੱਲੋਂ ਬਾਜ਼ੀ ਮਾਰੀ ਗਈ ਹੈ ਜਾਨੀ ਕਿ ਉਹਨਾਂ ਨੂੰ ਇਹ ਹਾਲਾਂਕਿ ਪਹਿਲੀ ਪਹਿਲੀ ਵਾਰ ਦੇ ਜਿਹੜੇ ਉਹ ਵਿਧਾਇਕ ਬਣੇ ਸੀ ਤੇ ਪਹਿਲੀ ਵਾਰ ਹੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਭਾਵੇਂ ਕਿ ਪ੍ਰੋਫੈਸਰ ਬਲਜਿੰਦਰ ਕੌਰ ਸਰਬਜੀਤ ਕੌਰ ਮਾਨੂੰਕੇ ਮਨਜੀਤ ਸਿੰਘ ਬਿਲਾਸਪੁਰ ਇਹ ਜਿਹੜੇ ਸਾਰੇ ਇਹ ਨਹੀਂ ਸ਼ਾਮਲ ਕੀਤੇ ਗਏ ਹੈਗੇ ਮੰਤਰੀ ਮੰਡਲ ਦੇ ਵਿੱਚ ਤੇ ਆਮਨ ਅਰੋੜਾ ਨੂੰ ਜਿਹੜਾ ਹਾਊਸਿੰਗ ਤੇ ਸ਼ਹਿਰੀ ਵਿਕਾਸ ਦਾ ਡਿਪਾਰਟਮੈਂਟ ਮਿਲਿਆ ਏ ਤੇ ਇੰਦਰਬੀਰ ਸਿੰਘ ਨੇਜਰ ਨੂੰ ਸਥਾਨਕ ਸਰਕਾਰਾਂ ਦਾ ਜਿਹੜਾ ਵਿਭਾਗ ਮਿਲਿਆ ਏ ਤੇ ਇਹ ਵੀ ਆਮਨ ਅਰੋੜਾ ਨੂੰ ਜਿਹੜਾ ਹਾਊਸਿੰਗ ਤੇ ਸ਼ਹਿਰੀ ਵਿਕਾਸ ਹੈ ਵੀ ਠੀਕ ਮਹਿਕਮਾ ਮੰਨਿਆ ਜਾ ਸਕਦਾ ਹੈ ਚੇਤਨ ਸਿੰਘ ਜੋੜਾ ਮਾਜਰਾ ਨੂੰ ਸਿਹਤ ਮੰਤਰਾਲਾ ਇਹ ਕਾਫੀ ਇੰਪੋਰਟੈਂਟ ਹੈਗਾ ਤੇ ਵਿਭਾਗਾਂ ਦੀ ਵੰਡ ਜਿਹੜੀ ਆ ਹੁਣ ਉਹ ਕਰ ਦਿੱਤੀ ਗਈ ਹੈ ਜਾਨੀ ਕਿ ਲੋਕਲ ਬਾਡੀ ਮਨਿਸਟਰ ਹੁਣ ਇੰਦਰਬੀਰ ਸਿੰਘ ਨਿੱਜਰ ਨੇ ਤੇ ਅਮਨ अरोड़ा ਨੂੰ ਹਾਊਸਿੰਗ ਤੇ ਸ਼ਹਿਰੀ ਵਿਕਾਸ ਦਾ ਡਿਪਾਰਟਮੈਂਟ ਸੌਂਪਿਆ ਗਿਆ ਹੈ ਤਾਂ ਇਸ ਤੋਂ ਮਿਨਾ ਸੈਰਸਪਟਾ ਮੰਤਰੀ ਜਿਹੜੇ ਨੇ ਅਨਮੋਲ ਗਗਨਮਾਨ ਬਣਾਏ ਗਏ ਨੇ ਇਹ ਵਿਭਾਗ ਪਿਛਲੀ ਸਰਕਾਰ ਕੋਲੇ ਪਹਿਲਾਂ ਨਵਜੋਤ ਸਿੰਘ ਸਿੱਧੂ ਕੋਲੇ ਬਾਅਦ ਦੇ ਵਿੱਚ ਅਰੰਜੀਤ ਸਿੰਘ ਚੰਨੀ ਕੋਲੇ ਵੀ ਰਿਹਾ ਹੈ ਤੇ ਚੇਤਨ ਸਿੰਘ ਜੌੜਾ ਮਾਜਰਾ ਸਿਹਤ ਮੰਤਰੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਦੱਸ ਦिए ਕਿ ਪਹਿਲਾਂ ਬਲਬੀਰ ਸਿੰਘ ਸਿੱਧੂ ਜਿਹੜੇ ਨੇ ਕਾਂਗਰਸ ਸਰਕਾਰ ਵੇਲੇ ਉਹ ਸਿਹਤ ਮੰਤਰੀ ਰਹੇ ਉਸ ਤੋਂ ਬਿਨਾ ਦੱਸ ਦिए ਕਿ ਹੁਣ ਜਿਹੜੇ ਸਥਾਨਕ ਸਰਕਾਰਾਂ ਮੰਤਰੀ ਜਾਨਕੀ ਕਿ ਲੋਕਲ ਬਾਡੀ ਮਿਨਿਸਟਰ ਨੇ ਇੰਦਰਬੀਰ ਸਿੰਘ ਨਿੱਜਰ ਨੂੰ ਬਣਾ ਦਿੱਤਾ ਗਿਆ ਹੈ ਤੇ ਵਿਭਾਗਾਂ ਦੀ ਵੰਡ ਜਿਹੜੀ ਆ ਉਹ ਕਰ ਦਿੱਤੀ ਗਈ ਹੈ। ਅਨਮੋਲ ਗਗਨਮਾਨ ਨੂੰ ਸੈਰਸਪਾਟਾ ਮੰਤਰੀ ਬਣਾਇਆ ਗਿਆ ਹੈ। ਸ਼ਹਿਰੀ ਵਿਕਾਸ ਮੰਤਰੀ ਅਮਨ अरोड़ा ਨੂੰ ਬਣਾਇਆ ਗਿਆ ਹੈ। ਇਸ ਤੋਂ ਬਿਨਾ ਚੇਤਨ ਸਿੰਘ ਜੋੜਾ ਮਾਜਰਾ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ ਤੇ ਪੰਜ ਜਿਹੜੇ ਐਮਐਲਏ ਮੰਤਰੀ ਬਣੇ ਸੀ ਉਹਨਾਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਤਾਂ ਅਮਨ अरोड़ा ਨੂੰ ਹਾਊਸਿੰਗ ਤੇ ਸ਼ਹਿਰੀ ਵਿਕਾਸ ਦਾ ਮੰਤਰਾਲਾ ਜਾਨਕੀ ਕਿ ਵਿਭਾਗ ਦਿੱਤਾ ਗਿਆ ਹੈ। ਚੇਤਨ ਸਿੰਘ ਜੋੜਮਾਜਰਾ ਨੂੰ ਸਿਹਤ ਵਿਭਾਗ ਦਿੱਤਾ ਗਿਆ ਹੈ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਫੌਜਾ ਸਿੰਘ ਸਰਾਰੀ ਨੂੰ ਫਰੀडम ਫਾਈਟਰਸ, ਡਿਫੈਂਸ ਸਰਵਿਸਿਜ਼ ਵੈਲਫੇਅਰ, ਫੂਡ ਪ੍ਰੋਸੈਸਿੰਗ ਤੇ ਹਾਰਟੀਕਲਚਰ ਤੇ ਚੇਤਨ ਸਿੰਘ ਜੋੜਮਾਜਰਾ ਨੂੰ ਸਿਹਤ ਦੇ ਨਾਲ-ਨਾਲ ਮੈਡੀਕਲ ਐਜੂਕੇਸ਼ਨਲ ਰਿਸਰਚ ਤੇ ਇਲੈਕਸ਼ਨ ਦਾ ਡਿਪਾਰਟਮੈਂਟ ਵੀ ਸੌਂਪਿਆ ਗਿਆ। ਅਨਮੋਲ ਗਗਨ ਮਾਨ ਨੂੰ ਸੈਰਸ ਪਟਾ ਦੇ ਨਾਲ-ਨਾਲ ਇਨਵੈਸਟਮੈਂਟ ਪ੍ਰੋਮੋਸ਼ਨ, ਲੇਬਰ ਅਤੇ ਰਿਮੂਵਲ ਆਫ ਗ੍ਰੀਵੈਂਸਿਸ ਦਾ ਡਿਪਾਰਟਮੈਂਟ ਵੀ ਸੌਂਪਿਆ ਗਿਆ ਹੈ। ਇੰਦਰਬੀਰ ਸਿੰਘ ਨਿੱਜਰ ਨੂੰ ਸਥਾਨਕ ਸਰਕਾਰਾਂ ਦੇ ਨਾਲ-ਨਾਲ ਪਾਰਲੀਮੈਂਟਰੀ ਅਫੇਅਰਸ ਕਨਜ਼ਰਵੇਸ਼ਨ ਆਫ ਲੈਂਡ ਐਂਡ ਵਾਟਰ ਤੇ ਐਡਮਿਨਿਸਟ੍ਰੇਟਿਵ ਰਿਫਾਰਮਸ ਦਾ ਡਿਪਾਰਟਮੈਂਟ ਵੀ ਸੌਂਪਿਆ ਗਿਆ ਹੈ। ਅਮਨ अरोड़ा ਨੂੰ ਪਬਲਿਕ ਰਿਲੇਸ਼ਨ ਦੇ ਨਾਲ-ਨਾਲ ਨਿਊ ਐਂਡ ਰੀਨਿਊਅਲ એનર્ਜੀ ਰਿਸੋਰਸਸ, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਵੀ ਸੌਂਪਿਆ ਗਿਆ ਤਾਂ ਇਹ ਲਿਸਟ ਜਿਹੜੀ ਆ ਤੁਹਾਨੂੰ ਦੱਸੀ ਆ ਕਿ ਇਸ ਢੰਗ ਦੇ ਨਾਲ ਜਿਹੜੇ ਹੁਣ ਇਹ ਨਵੇਂ ਮੰਤਰੀ ਨੇ ਪਰਫਾਰਮ ਕਰਦੇ ਨੇ ਇਹ ਦੇਖਣਾ ਹੋਵੇਗਾ ਪਰ ਜਿਹੜੀ ਵੰਡ ਹੈ ਉਹ ਕਰ ਦਿੱਤੀ ਗਈ ਹੈ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ ਤੇ ਦੱਸ ਦਈਏ ਕਿ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਜਿਹੜੀ ਵੱਡੀ ਗੱਲ ਹੈਗੀ ਆ ਉਹ ਇਹ ਵੀ ਹੈ ਕਿ ਜਿਹੜਾ ਸਕੂਲ ਐਜੂਕੇਸ਼ਨ ਹੈ ਹੁਣ ਉਹ ਹਰਜੋਤ ਸਿੰਘ ਬੈਂਸ ਨੂੰ ਦਿੱਤਾ ਗਿਆ ਹੈ ਤੇ ਥੋੜਾ ਜਿਹਾ ਜਿਹੜੀ ਬਦਲਾਅ ਹੈ ਵੱਖ-ਵੱਖ ਜਿਹੜੇ ਪਹਿਲਾ ਮੰਤਰੀ ਸੀਗੇ ਉਹਨਾਂ ਦੇ ਵਿੱਚ ਵੀ ਕੀਤਾ ਗਿਆ ਹੈ ਤਾ ਹਰਪਾਲ ਸਿੰਘ ਜੀ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਦੇ ਕੋਲੇ ਇਸ ਤੋਂ ਬਿਨਾ ਪਲੈਨਿੰਗ ਪ੍ਰੋਗਰਾਮ ਇੰਪਲੀਮੈਂਟੇਸ਼ਨ ਐਕਸਾਈਜ਼ ਐਂਡ ਟੈਕਸੇਸ਼ਨ ਦਾ ਡਿਪਾਰਟਮੈਂਟ ਹੈ ਬਹੁਤ ਇੰਪੋਰਟੈਂਟ ਡਿਪਾਰਟਮੈਂਟ ਨੇ ਉਹਨਾਂ ਦੇ ਕੋਲੇ ਇੱਕ ਤਰ੍ਹਾਂ ਦੇ ਨਾਲ ਦੂਜੇ ਨੰਬਰ ਤੇ ਨੇ ਖਜ਼ਾਨਾ ਮੰਤਰੀ ਵੀ ਨੇ ਤੇ ਐਕਸਾਈਜ਼ ਐਂਡ ਟੈਕਸੇਸ਼ਨ ਦਾ ਡਿਪਾਰਟਮੈਂਟ ਵੀ ਉਹਨਾਂ ਕੋਲੇ ਹੈ ਜਿਹੜੇ ਬਲਜੀਤ ਕੌਰ ਨੇ ਉਹਨਾਂ ਕੋਲੇ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਹੈ ਤੇ ਹਰਪਜਨ ਸਿੰਘ ਕੋਲੇ ਜਿਹੜਾ ਬਿਜਲੀ ਦਾ ਵਿਭਾਗ ਹੈ ਤੇ ਪੀ ਡਬਲਯੂ ਡੀ ਯਾਨੀ ਕਿ ਪਬਲਿਕ ਵਰਕਸ ਵੀ ਐਂਡ ਆਰ ਹੈ ਲਾਲਚੰਦ ਕਟਾਰੂ ਚੱਕ ਕੋਲੇ ਫੂਡ ਸਿਵਲ ਸਪਲਾਈਜ਼ ਐਂਡ ਕੰਜ਼ਿਊਮਰਜ਼ ਅਫੇਅਰ ਜਾਨੀ ਕਿ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਜੰਗਲਾਤ ਵਿਭਾਗ ਵੀ ਉਹਨਾਂ ਕੋਲੇ ਆ। ਮੀਤ ਹਿਆਰ ਕੋਲੇ ਜਿਹੜਾ ਇੰਪੋਰਟੈਂਟ ਡਿਪਾਰਟਮੈਂਟ ਦੋ ਮੰਨੇ ਜਾ ਸਕਦੇ ਨੇ। ਤਾਂ ਹੁਣ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜੀ ਆ ਉਹ ਬਦਲਾਅ ਜ਼ਰੂਰ ਕੀਤਾ ਗਿਆ ਕਿ ਗੁਰਮੀਤ ਸਿੰਘ ਮੀਤ ਹਿਆਰ ਕੋ ਜਿਹੜੇ ਐਜੂਕੇਸ਼ਨ ਮਨਿਸਟਰ ਸੀਗੇ ਉਸ ਦੇ ਵਿੱਚ ਬਦਲਾਅ ਕੀਤਾ ਗਿਆ ਉਹਨਾਂ ਨੂੰ ਹਾਇਰ ਐਜੂਕੇਸ਼ਨ, ਸਪੋਰਟਸ ਐਂਡ ਯੂਥ ਸਰਵਿਸਿਜ਼ ਦਿੱਤੀਆਂ ਗਈਆਂ ਨੇ। ਤੇ ਹਰਜੋਤ ਸਿੰਘ ਬੈਂਸ ਨੂੰ ਸਕੂਲ এডਿਕੇਸ਼ਨ ਸਿੱਖਿਆ ਮੰਤਰੀ ਹੁਣ ਹਰਜੋਤ ਸਿੰਘ ਬੈਂਸ ਨੂੰ ਬਣਾ ਦਿੱਤਾ ਗਿਆ ਹੈ ਇਸ ਦੇ ਵਿੱਚ ਚੇਂਜ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਕਿ ਸਕੂਲ এডਿਕੇਸ਼ਨ ਦਾ ਡਿਪਾਰਟਮੈਂਟ ਪਹਿਲਾਂ ਗੁਰਮੀਤ ਸਿੰਘ ਮੀਤ ਹੇਅਰ ਕੋਲੇ ਸੀਗਾ ਤੇ ਹੁਣ ਇਸ ਦੇ ਵਿੱਚ ਤਬਦੀਲੀ ਜਿਹੜੀ ਆ ਕੀਤੀ ਗਈ ਹੈ ਗੁਰਮੀਤ ਸਿੰਘ ਮੀਤ ਹੇਅਰ ਨੂੰ ਜਿਹੜਾ ਇਹ ਹੁਣ ਹਾਇਰ এডਿਕੇਸ਼ਨ ਸਪੋਰਟਸ ਐਂਡ ਯੂਥ ਸਰਵਿਸਿਜ਼ ਸਾਇੰਸ ਟੈਕਨੋਲੋਜੀ ਐਂਡ এনवायरमेंट ਪ੍ਰਿੰਟਿੰਗ ਐਂਡ ਸਟੇਸ਼ਨਰੀ ਤੇ ਗਵਰਨੈਂਸ ਰਿਫਾਰਮਸ ਦਿੱਤਾ ਗਿਆ ਜਦਕਿ ਹਰਜੋਤ ਸਿੰਘ ਬੈਂਸ ਕੋਲੇ ਵਾਟਰ ਰਿਸੋਰਸਸ ਮਾਈਨਸ ਐਂਡ ਜੀਓਲੋਜੀ ਜੇਲਸ ਤੇ ਸਕੂਲ এডੂਕੇਸ਼ਨ ਯਾਨੀ ਕਿ ਸਿੱਖਿਆ ਮੰਤਰੀ ਹੁਣ ਹਰਜੋਤ ਸਿੰਘ ਬੈਂਸ ਨੂੰ ਬਣਾਇਆ ਗਿਆ ਏ ਤੇ ਪਹਿਲਾਂ ਇਹ ਡਿਪਾਰਟਮੈਂਟ ਜਿਹੜਾ ਏ ਮੀਤਿਹਰ ਕੋਲੇ ਸੀਗਾ ਤਾਂ ਇਹ ਵੱਡਾ ਬਦਲਾ ਇਸ ਨੂੰ ਕਿਹਾ ਜਾ ਸਕਦਾ ਏ 3 ਮਹੀਨਿਆਂ ਦੇ ਵਿੱਚ ਹੀ ਕਿਉਂਕਿ ਜਿਹੜੀ ਸਿੱਖਿਆ ਦਾ ਮਾਮਲਾ ਏ ਇਸ ਤੇ ਬਹੁਤ ਕਨਸੈਂਟਰੇਟ ਕਰਨਾ ਏ ਸਰਕਾਰ ਨੇ ਜਿਵੇਂ ਕਿ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਖਾਸ ਕਰਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਮਾਡਲ ਦਿਖਾਇਆ ਗਿਆ ਸੀ ਕਿ ਕਿਵੇਂ ਦਿੱਲੀ ਦੇ ਜਿਹੜੇ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆਂ ਨੇ ਤੇ ਸਿੱਖਿਆ ਵਿਭਾਗ ਜਿਹੜਾ ਏ ਉਸ ਤੇ ਹੁਣ ਬਦਲਾਅ ਕੀਤਾ ਗਿਆ ਏ ਗੁਰਮੀਤ ਸਿੰਘ ਮੀਤ ਹੇਅਰ ਦੀ ਬਜਾਏ ਸਕੂਲ ਐਜੂਕੇਸ਼ਨ ਯਾਨੀ ਕਿ ਸਕੂਲੀ ਸਿੱਖਿਆ ਦਾ ਜਿਹੜਾ ਵਿਭਾਗ ਹੈ ਉਹ ਹਰਜੋਤ ਸਿੰਘ ਬੈਂਸ ਨੂੰ ਸੌਂਪ ਦਿੱਤਾ ਗਿਆ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਮੀਤ ਹੇਅਰ ਗੁਰਮੀਤ ਸਿੰਘ ਮੀਤ ਹੇਅਰ ਦੀ ਬਜਾਏ ਹੁਣ ਹਰਜੋਤ ਸਿੰਘ ਬੈਂਸ ਨੂੰ ਸਿੱਖਿਆ ਐਜੂਕੇਸ਼ਨ ਮਿਨਿਸਟਰ ਬਣਾਇਆ ਗਿਆ ਤਾਂ ਬਾਕੀ ਡਿਪਾਰਟਮੈਂਟ ਜਿਹੜੇ ਨੇ ਉਹ ਵੀ ਵਕ ਵਕ ਮੰਤਰੀਆਂ ਨੂੰ ਸੌਂਪ ਦਿੱਤੇ ਗਏ ਨੇ